ਪਲਾਟ ਨੂੰ ਲੈ ਕੇ ਦੋ ਧਿਰਾਂ ਦੇ ਵਿਚਕਾਰ ਗੋਲੀਆਂ ਚੱਲੀਆਂ ਨੇ, ਜਿਸ ਦੇ ਵਿੱਚ ਇੱਕ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ ਹੈ। ਦਰਅਸਲ ਕਿਹਾ ਜਾ ਰਿਹਾ ਕਿ ਪਲਾਟ ਨੂੰ ਲੈ ਕੇ ਦੋਵਾਂ ਧਿਰਾਂ ਦੇ ਵਿਚਕਾਰ ਪੁਰਾਣੀ ਰੰਜਿਸ਼ ਚੱਲ ਰਹੀ ਸੀ, ਪਰ ਇੱਕ ਧਿਰ ਦੇ ਵੱਲੋਂ ਜਦੋਂ ਦੂਸਰੀ ਧਿਰ ਨੂੰ ਆਪਣੀ ਮੋਟਰ ਦੇ ਉੱਤੇ ਪੈਸੇ ਦੇਣ ਦੇ ਲਈ ਪਲਾਟ ਦੇ ਬੁਲਾਇਆ ਗਿਆ ਤਾਂ ਮੌਕੇ ਦੇ ਉੱਤੇ ਕਿਹਾ ਜਾ ਰਿਹਾ ਕਿ ਉਹਨਾਂ ਨੇ ਪੈਸੇ ਨਹੀਂ ਦਿੱਤੇ ਅਤੇ ਫਿਰ ਉਸ ਸ਼ਖਸ ਨੂੰ ਉਹ ਆਪਣੇ ਨਾਲ ਉਸ ਪਲਾਟ ਦੇ ਵਿੱਚ ਹੀ ਲੈ ਗਏ। ਪਰ ਉੱਥੇ ਜਾ ਕੇ ਕਿਹਾ ਜਾ ਰਿਹਾ ਕਿ ਦੋਵਾਂ ਦੇ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਜਾਂਦੀ ਹੈ ਅਤੇ ਬਹਿਸ ਤੋਂ ਬਾਅਦ ਇੱਕ ਧਿਰ ਦੇ ਵੱਲੋਂ ਦੂਸਰੀ ਧਿਰ ਦੇ ਵਿਅਕਤੀ 'ਤੇ ਗੋਲੀ ਚਲਾ ਦਿੱਤੀ ਜਾਂਦੀ ਹੈ, ਜਿਸ ਦੇ ਵਿੱਚ ਇੱਕ ਸ਼ਖਸ ਦੀ ਮੌਤ ਹੋ ਗਈ ਹੈ। ਹਾਲਾਂਕਿ ਮੌਕੇ 'ਤੇ ਪਹੁੰਚੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਦੱਸ ਦਈਏ ਕਿ ਜਿਸ ਵਿਅਕਤੀ ਨੂੰ ਗੋਲੀ ਮਾਰੀ ਉਹ ਇਕੱਲਾ ਹੀ ਆਪਣੇ ਪੈਸੇ ਲੈਣ ਦੇ ਲਈ ਉਹਨਾਂ ਦੇ ਕੋਲ ਗਿਆ ਸੀ, ਪਰ ਕਿਹਾ ਜਾ ਰਿਹਾ ਕਿ ਜਿਨ੍ਹਾਂ ਦੇ ਵੱਲੋਂ ਗੋਲੀ ਮਾਰੀ ਗਈ ਉਹ ਕਾਰ ਦੇ ਵਿੱਚ ਸਵਾਰ ਹੋ ਕੇ ਆਏ ਸੀ ਅਤੇ ਕਰੀਬ 5 ਵਿਅਕਤੀ ਦੱਸੇ ਜਾ ਰਹੇ ਨੇ। ਤਾਂ ਖਬਰ ਜੰਡਿਆਲਾ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਪਲਾਟ ਦੇ ਪਿੱਛੇ ਗੋਲੀ ਚੱਲੀ ਹੈ ਅਤੇ ਇੱਕ ਸ਼ਖਸ ਦੀ ਦਰਦਨਾਕ ਮੌਤ ਹੋ ਗਈ ਹੈ। ਗੱਲ ਕੋਈ ਨਹੀਂ, ਸਾਨੂੰ ਪਤਾ ਕਾਲੇ ਨੇ ਗੋਲੀਆਂ ਮਾਰੀਆਂ ਵਾ, ਕਾਲੇ ਨੇ ਮਾਰਿਆ। ਭਜਨ ਨੇ ਸੱਦਿਆ ਪਹਿਲਾਂ ਫੋਨ ਕਰਕੇ, ਕਹਿੰਦਾ ਪਲਾਟ ਕੋਲੇ ਆ ਜਾ। ਮੈਂ ਕਿਹਾ ਨਾ ਜਾ ਗੱਲਾਂ, ਆਪਣੇ ਭਰਾਵਾਂ ਨੂੰ ਲੈ ਜਾ। ਕਹਿੰਦਾ ਮੈਂ ਗੱਲ ਸੁਣ ਕੇ ਆ ਜਾਣਾ ਹੁਣੇ, ਮੈਨੂੰ ਕੀ ਪਤਾ ਵਾਪਸ ਨਹੀਂ ਆਉਣਾ, ਘੇਰਾ ਪਾਇਆ ਵਾ। ਉਹ 4-5 ਜਾਣੇ ਗੱਡੀ 'ਚ ਇਕੱਲਾ ਹੀ, ਤਿੰਨ ਬੱਚੇ ਆ ਮੇਰੇ, 3 ਬੱਚੇ ਰੋਲਦੇ ਛੱਡ ਗਿਆ। ਮੈਂ ਕਿਹਾ ਭਜਨ ਦੇ ਪਿੱਛੇ ਨਾ ਲੱਗ ਵੀ, ਤੂੰ ਫੋਨ ਸੁਣ ਕੇ ਭੱਜ ਜਾਣਾ ਵਾ। ਹੁਣ ਤਾਂ ਕੀਤਾ ਭਜਨ ਨੇ, ਉਸੇ ਵੇਲੇ ਪਲਾਟ 'ਚ ਚਲ ਗਿਆ ਵਾ। 2-3 ਦਿਨ ਹੋ ਗਏ ਰਾਜੀਨਾਮਾ ਚੱਲਣ ਡਿਆ ਸੀ, ਅਤੇ ਰੋਜ਼ ਕਹਿ ਦਿੰਦੇ ਸੀ ਅੱਜ ਦਿੰਦੇ ਪੈਸੇ ਅੱਜ ਦੇ। ਕੱਲ੍ਹ ਇਹਨਾਂ ਪਹਿਲਾਂ ਕਚਹਿਰੀਓਂ ਬੁਲਾਇਆ ਇੱਥੇ ਵੀ ਬੰਬੀ 'ਤੇ, ਬੰਬੀ 'ਤੇ ਗਏ ਆ, ਵੀਰ ਨਾਲ ਗਿਆ ਬੰਬੀ 'ਤੇ, ਅਤੇ ਬੰਬੀ ਤੋਂ ਇੰਨਾ ਕਿਹਾ ਵੀ ਜਦੋਂ ਵੀਰ ਇੱਕ ਸੁਖਵਿੰਦਰ ਸਿੰਘ ਸੀ, ਇੱਕ ਗੋਪੀ ਸੀ, ਇੱਕ ਤਰਸਿੱਕੇ ਦਾ ਸੋਨੂ ਸੀ, ਅਤੇ 2 ਬਾਜਵਾ ਭਰਾ ਸੀ, ਉਹਨਾਂ ਦਾ ਨਾਂ ਨਹੀਂ ਜੋ ਮਾਲਮ ਭਰਾ ਸੀ ਦੋਵੇਂ, ਅਤੇ ਇੱਕ ਸਾਡੇ ਭਜਨ ਸਰਪੰਚ ਹੀ ਲਾਲ ਕਰਨਾ। ਇਹਨੇ ਫੋਨ ਕਰਕੇ ਸੱਦਿਆ ਸਾਰਾ, ਇਹਨੇ ਸਾਰੀ ਗੇਮ ਪਵਾਈ ਆ ਸਾਰੀ, ਅਤੇ ਉਹਨਾਂ ਪਹਿਲਾਂ ਬੰਬੀ 'ਤੇ ਸੱਦਿਆ, ਬੰਬੀ 'ਤੇ ਵੀਰ ਨੂੰ ਉਹਨਾਂ ਭਰਾ ਮੇਰੇ ਨੇ ਫੋਨ ਕੀਤਾ ਵੀ ਆ ਜਾ ਵੀ ਇੱਥੇ ਆ ਜਾਓ, ਅਤੇ ਇਹਦਾ ਕਰਕੇ ਉਹਨਾਂ ਕੋਈ ਕਾਰਵਾਈ ਨਹੀਂ ਕੀਤੀ ਵੀ ਇਹ ਆ ਗਿਆ ਉੱਥੇ। ਅਤੇ ਜਦੋਂ ਇੱਥੇ ਉਹਨਾਂ ਕਿਹਾ ਵੀ ਭਜਨ ਨੇ ਕਿਹਾ ਵੀ ਮੇਰੇ ਘਰ ਆ ਜਾਓ ਸਰਪੰਚ ਨੇ, ਅਤੇ ਸਰਪੰਚ ਨੇ ਘਰ ਸੱਦਿਆ, ਅਤੇ ਉੱਥੇ ਵੀ ਜਦੋਂ ਪਤਾ ਵੀ ਮੈਂ ਹੁਣ ਆਪਣੇ ਘਰ ਕੋਈ ਗਲਤ ਕੰਮ ਕਰਵਾ ਨਹੀਂ ਸਕਦਾ, ਉੱਥੋਂ ਵੀ ਆਉਂਦਾ ਉਹਦੇ ਪਲਾਟ 'ਚ ਆ ਜਾਓ। ਪਲਾਟ 'ਚੋਂ ਜਦੋਂ ਉਹਨੇ ਕਿਹਾ ਵੀ ਚੱਲ ਮੇਰੇ ਨਾਲ ਬਹਿ ਸਰਪੰਚਾ ਰਾਣੇ, ਅਤੇ ਉਹ ਆਉਂਦਾ ਤੂੰ ਜਾ ਮੈਂ ਤੇਰੇ ਮਗਰ ਆ ਗਿਆ ਵਾਂ, ਅਤੇ ਉਹਨੂੰ ਘਲਾਤਾ ਵਾ, ਅਤੇ ਇਹ ਵੀ ਨਾਲ ਆ ਗਏ ਆ। ਇਹਨਾਂ ਨੂੰ ਕਹਿੰਦੇ ਵੀ ਭਰਾ ਆਉਂਦਾ ਵੀ ਤੁਸੀਂ ਜਾਓ ਅਤੇ ਮੈਂ ਤੁਹਾਡੇ ਮਗਰ ਆ ਗਿਆ, ਅਤੇ ਮੁੜ ਕੇ ਅਸੀਂ ਵੀ ਇਹ ਫਿਰ ਵਾਪਸ ਵੀ ਇਹਨਾਂ ਨੂੰ ਕਿ ਮਨ 'ਚ ਸੁੱਚੀ, ਮੈਨੂੰ ਵੀ ਇਹਨਾਂ ਫੋਨ ਕਰਤਾ ਵੀ ਆ ਜਾ ਇੱਦਾਂ, ਉਹ ਆਏ ਆ ਬੰਦੇ, ਅਤੇ ਅਸੀਂ ਆਉਂਦੇ ਵੇਂਦੇ ਆ ਗੋਲੀਆਂ ਮਾਰ ਕੇ ਉਹ ਭੱਜ ਗਏ ਸਾਡੇ ਆਉਂਦੇ ਆਉਂਦੇ। ਤਾਂ ਕਿੰਨੀਆਂ ਗੋਲੀਆਂ ਜਿਹੜੀਆਂ ਉਹ ਚਲਾਈਆਂ ਗਈਆਂ ਸੀ? 3-4 ਫਾਇਰ ਹੋਏ, 3 ਹਾਂਜੀ, 4 ਹਾਂਜੀ, 4 ਫਾਇਰ ਕੀਤੇ ਤੇ ਹਾਂ 3 ਲੱਗੇ, 2 ਇੱਧਰ ਤੇ 1 ਲੱਕ 'ਚ। ਹਾਂਜੀ, ਹਾਂਜੀ, ਉਸੇ ਵੇਲੇ ਪੁਲਿਸ ਪ੍ਰਸ਼ਾਸਨ ਆਏ ਸੀ, 2 ਬੰਦੇ ਕਹਿਣ ਡਿਆ ਗ੍ਰਿਫਤਾਰ ਵੀ ਕੀਤੇ ਆ, ਅਤੇ ਹਾਲੀ ਪਤਾ ਨਹੀਂ ਚੱਲਿਆ ਵੀ ਅਰੈਸਟ ਪਈ ਉਹਨਾਂ ਦੀ ਕਿ ਨਹੀਂ, ਸਾਨੂੰ ਹਾਲੀ ਪਤਾ ਨਹੀਂ ਚੱਲਿਆ। ਕੀ ਲੱਗਦਾ ਵਾ ਕਿ ਸਰਪੰਚ ਦੀ ਮਿਲੀ ਭੁਗਤ ਦੇ ਨਾਲ ਜਿਹੜਾ ਕਤਲ ਹੋਇਆ ਵਾ? ਹਾਂਜੀ, ਇਹ ਮਿਲੀ ਭੁਗਤ ਦੇ ਨਾਲ ਸਾਨੂੰ ਸਰਪੰਚ ਵੀ ਫਰਾਰ ਹੋ ਗਿਆ ਵਾ ਰਾਤ ਦਾ ਘਰ ਜਿੰਦਰੇ ਬੂਹੇ ਮਾਰ ਕੇ, ਅਤੇ ਉਹ 2 ਜਿਹੜੇ ਗ੍ਰਿਫਤਾਰ ਆ ਉਹਨਾਂ 3 ਦਾ ਹਾਲੀ ਪਤਾ ਨਹੀਂ ਆ, ਅਤੇ ਸਾਨੂੰ ਇਨਸਾਫ ਚਾਹੀਦਾ ਵਾ। ਪਿਸਟਲ ਕਿੱਥੋਂ ਆਇਆ ਸੀ ਉਹਨਾਂ ਦੇ? ਪਿਸਟਲ ਹੁਣ ਸਾਨੂੰ ਨਹੀਂ ਪਤਾ।
ਕਿੰਨੇ ਜਾਣਿਆਂ ਕੋਲ ਪਿਸਟਲ ਸੀ ਇਸ ਕੋਲ? ਪਿਸਟਲ ਇੱਕੋ ਜਾਣੇ ਕੋਲ ਹੈ। ਕੀ ਨਾਮ ਹੈ ਜਿਸ ਕੋਲ ਪਿਸਟਲ? ਸੋਨੂ ਡੀਲਾ। ਉਸੇ ਪਿੰਡ ਦਾ ਰਹਿਣ ਵਾਲਾ? ਨਹੀਂ, ਉਹ ਤਰਸਿੱਕੇ ਦਾ ਆ ਤੇ ਇੱਕ ਰਾਮਪੁਰੇ ਦਾ ਵਾ ਜਿਹੜਾ ਨਾਲ ਉਹਦੇ ਸੀ, ਤੇ ਜਿਹੜਾ ਕਾਲਾ ਲੰਗਾ ਉਹ ਭਗਤੂਪੁਰ ਦਾ ਜਿਹਦੇ ਨਾਲ ਪਲਾਟ ਦਾ ਮਸਲਾ ਸੀ। ਉਹਨੇ ਬੰਦੇ ਸੱਦੇ ਆ ਤੇ ਇਹਨਾਂ ਦੀ ਸਾਜਿਦ ਨਾਲ ਭਜਨ ਦੇ ਸਾਰੇ ਇਹਨਾਂ ਕਰਕੇ ਬਾਜਵਾ ਵਾਲਿਆਂ ਜਦੋਂ ਇਹਨਾਂ ਕਿਤੇ ਬਾਜਵੇ ਵਾਲਿਆਂ ਵੀ ਇਹਨੂੰ ਜਦੋਂ ਗੱਡੀ 'ਚੋਂ ਬੈਠੇ ਉਹਨਾਂ ਕਿਹਾ ਵੀ ਕਾਲੇ ਇਹਨੂੰ ਦੇ ਪੈਸੇ ਲੱਲੋ ਨੂੰ, ਅਤੇ ਉਹ ਨਾਲ ਹੀ ਉਹਨਾਂ ਫਾਇਰ ਕੱਢਦੇ। ਕਿੰਨੇ ਮਰਲੇ ਦਾ ਪਲਾਟ? ਪਲਾਟ 16 ਮਰਲੇ ਦਾ, ਸਾਡੇ ਕੋਲ 10 ਮਰਲੇ ਦਾ ਸਟੇ ਆ। ਪ੍ਰਸ਼ਾਸਨ ਸਾਨੂੰ ਇਨਸਾਫ ਚਾਹੀਦਾ ਵਾ ਜਲਦ ਤੋਂ ਜਲਦ, ਜਿੰਨੀ ਜਲਦ ਹੋ ਸਕਦਾ ਵਾ। ਭਾਅ ਜੀ ਰਾਈ ਨਾਲ ਹੋਇਆ ਇਹਨਾਂ ਦਾ 3-4 ਦਿਨ ਕੋਈ ਚਾਹੀਦਾ ਵਾ। ਕੱਲ੍ਹ ਟਾਈਮ ਦਿੱਤਾ ਸੀ 5 ਵਜੇ ਪੈਸਿਆਂ ਦਾ ਕਿ ਪੈਸੇ ਉਹਨਾਂ ਨੂੰ ਦਿੱਤੇ ਜਾਣਗੇ। ਪੈਸਿਆਂ ਦੇ ਲੈਣ ਬਹਾਨੇ ਨੇ ਸੱਦ ਲਿਆ ਉੱਥੇ ਬੰਬੀ ਦੇ, ਉੱਥੇ ਬਹਿ ਕੇ ਗੱਲਬਾਤ ਕੀਤੀ, ਕੋਲਡ ਡਰਿੰਕ ਪੀਤੀ, ਮੁੱਕੇ ਸਰਪੰਚ ਸਾਹਿਬ ਦੇ ਘਰ ਆਏ। ਸਰਪੰਚ ਕਹਿੰਦਾ ਚਲੋ ਆਪਾਂ ਪਲਾਟ ਜਾ ਕੇ ਕਰਦੇ ਹਾਂ ਪੈਸਿਆਂ ਹਿਸਾਬ ਤਾਬ। ਜਦੋਂ ਪਲਾਟ 'ਚ ਆਏ ਉੱਥੇ ਮਾੜਾ ਸਾਈਡ ਤੋਂ ਮੈਂ ਹੋਇਆ, ਉਹਨਾਂ ਨੇ ਗੋਲੀਆਂ ਚਲਾ ਦਿੱਤੀਆਂ। ਉਹ ਕੋਸ਼ਿਸ਼ ਕੀਤੀ ਉਹਨੇ ਬਚਾਅ ਆਪਣਾ ਕਰਨ ਵਾਸਤੇ, ਪਰ ਗੋਲੀ ਵੱਜ ਗਈ ਪਿੱਠ 'ਚ, ਉਹ ਡਿੱਗ ਪਿਆ। ਫਿਰ ਉਹਦੇ ਕੋਲ ਜਾ ਕੇ ਛਾਤੀ ਗੋਲੀਆਂ ਮਾਰੀ ਅਤੇ ਕਿੱਥੇ ਮਾਰੀ ਦੇ ਆਰ ਪਾਰ ਹੋਰ ਗੋਲੀ। ਕੌਣ ਲੋਕ ਸੀ ਜਿਹਨਾਂ ਨੇ ਗੋਲੀ? ਇੱਕ ਕਾਲਾ ਭਗਤਪੁਰਾ ਮੁੰਡਾ ਗੋਪੀ, ਇੱਕ ਲੀਲਾ ਸੋਨੂ ਡੀਲਾ ਮੁੰਡਾ ਹੈ। ਇਹ 3 ਜਾਣੇ ਸੀ, 3 ਨੇ ਮਤਲਬ ਕਾਲਾ ਵਿੱਚ ਬੈਠਾ ਗੱਡੀ 'ਚ, ਇਹਨਾਂ ਦੋਵਾਂ ਨੇ ਗੋਲੀਆਂ ਮਾਰੀਆਂ। ਪਲਾਟ ਕਿੰਨਾ ਦਾ ਸੀ? ਇਹ ਕਾਲੇ ਦਾ, ਭਗਤਪੁਰ ਵਾਲੇ ਦਾ। ਅਤੇ ਬੰਦੇ ਜਿਹੜੇ ਬਾਹਰੋਂ ਬੁਲਾਏ ਉਹ ਕਿੰਨੇ ਬੁਲਾਏ? ਇਹ ਕਾਲੇ ਨੇ ਬੁਲਾਇਆ ਸਾਰਾ, ਕਾਲੇ ਦਾ ਹੀ। ਘਰ ਜਾਂਦਾ ਨਾ ਕਿ ਬਈ ਮੈਂ ਗਲਤ ਨਹੀਂ, ਮੈਂ ਬੈਠਾ ਜੋ ਕਾਨੂੰਨੀ ਵਾਈ ਬੰਦ ਬਣਾਓ ਮੇਰੇ ਤੇ, ਉਹ ਭੱਜ ਗਈ ਉਸ ਟਾਈਮ ਤੇ ਬਾਜਵੇ। ਹੁਣ ਜਿਹੜਾ ਵਾ ਪੁਲਿਸ ਪ੍ਰਸ਼ਾਸਨ ਤੁਹਾਡੇ ਕੋਲ ਪਹੁੰਚਿਆ ਸੀ? ਹਾਂਜੀ ਹਾਂਜੀ, ਪੂਰਾ ਸਾਥ ਦੇਣ ਦੀ ਪੁਲਿਸ ਪ੍ਰਸ਼ਾਸਨ ਪੂਰਾ ਫੁੱਲ FIR ਦਰਜ ਕਰ ਦਿੱਤੀ। ਹਾਂਜੀ, ਹੋ ਗਈ ਹੋ ਗਈ। ਕਿੰਨੇ ਜਾਣਿਆਂ ਦੇ ਉੱਪਰ FIR ਦਰਜ? ਇਸ ਟਾਈਮ ਸਰ 6 ਜਾਣਿਆਂ ਦੇ ਹੋ ਗਏ। 7 ਜਾਣਿਆਂ ਨਹੀਂ, 6 ਦੇ ਆ। ਸੁਸ਼ਿੰਦਰ? ਹਾਂ, 7 ਨੇ ਸਰ। ਮੌਕੇ ਤੇ ਪੁਲਿਸ ਨੇ ਕਿਸੇ ਨਾ ਕਿਸੇ ਨੂੰ ਗ੍ਰਿਫਤਾਰ ਕੀਤਾ? ਸਰ 2 ਬੰਦੇ ਹੋਏ ਇਸ ਟਾਈਮ, 2 ਜਣਿਆਂ ਨੂੰ ਗ੍ਰਿਫਤਾਰ। ਹਾਂਜੀ ਹਾਂਜੀ। ਹੁਣ ਕੀ ਮੰਗ ਕਰਦੇ ਸਰ? ਇਨਸਾਫ ਹੀ ਮੰਗਦੇ ਆ। ਇਹ ਕੱਲ੍ਹ ਨਾ ਪਿੰਡ ਸਾਪਾ ਰਾਮ ਸਿੰਘ ਦੇ ਲੱਗ ਪੈਂਦਾ ਲਾਲਕਾ ਨਗਰ, ਉੱਥੇ ਦੋਨਾਂ ਪਾਰਟੀਆਂ ਦਾ ਪਲਾਟ ਦਾ ਝਗੜਾ ਸੀਗਾ, ਅਤੇ ਉਸ ਪਲਾਟ ਦੇ ਝਗੜੇ ਨੂੰ ਲੈ ਕੇ ਆਪਸ ਵਿੱਚ ਕੰਪਰੋਮਾਈਜ਼ ਹੋ ਗਿਆ। ਉਹ ਇੱਥੋਂ ਕੰਪਰੋਮਾਈਜ਼ ਦੇ ਵਿਆਹ ਤੋਂ ਬਾਅਦ 'ਚ ਮਾਨੀ ਉੱਥੇ ਮਾਮੂਲੀ ਸੂਤ ਮਹਿਮਾ ਹੋ ਗਿਆ, ਉਹਦੇ ਵਿੱਚ ਹੀ ਇੱਥੇ ਗੋਲੀ ਚੱਲੀ ਆ। ਗੋਲੀ ਚੱਲਣ 'ਤੇ ਇੱਕ ਬੰਦੇ ਦੀ ਮੌਤ ਹੋ ਗਈ ਆ। ਉਹਦਾ ਨਾਮ ਹਰਪ੍ਰੀਤ ਸਿੰਘ ਆ ਜੀ, ਹਰਪ੍ਰੀਤ ਸਿੰਘ ਲੱਲੋ, ਕਰੀਬ ਉਹਦੀ ਉਮਰ 35 ਸਾਲ ਆ ਜੀ। ਸਾਡੇ ਕੋਲ 7 ਬੰਦਿਆਂ ਗਏ FIR ਦਰਜ ਕੀਤੀ ਗਈ ਆ, ਇਹਨੇ ਛਾਪੇਮਾਰੀ ਚੱਲ ਰਹੀ ਆ ਅਤੇ 2 ਬੰਦੇ ਇਹਦੇ ਗ੍ਰਿਫਤਾਰ ਕੀਤੇ ਗਏ। ਗੋਲੀ ਚੱਲੀ ਗਈ ਆ ਜੀ ਆਪਣੇ, ਇੱਕ ਗੋਪੀ ਆ ਮੁੰਡਾ, ਇੱਕ ਸੋਨਾ ਡੇਲੇ ਵੱਲੋਂ, ਦੋਨਾਂ ਵੱਲੋਂ ਗੋਲੀ ਚਲਾਈ ਗਈ ਆ। ਉਹ ਐਸਟ ਸਾਹਿਬ ਦੀ ਪਾਰਟੀ ਗਈ ਸੀ ਰੇਡ ਕਰਨ ਵਾਸਤੇ ਦੋਸ਼ੀਆਂ 'ਤੇ, ਉਹ ਲੈ ਕੇ ਆਏ ਉਹਨੇ ਨਾਮ। ਇਹਨਾਂ ਦੇ ਕਾਫੀ ਕ੍ਰਿਮੀਨਲ ਰਿਕਾਰਡ, ਇਹਨਾਂ ਦੇ ਪਹਿਲਾਂ ਪੱਤੇ ਦਰਜ ਇਹਨਾਂ ਦੇ ਉੱਤੇ ਜੀ। ਜਿਹੜਾ ਸੁਖਵਿੰਦਰ ਸਿੰਘ ਕਾਲਾ ਜਿਹੜਾ ਹੈਗਾ ਵਾ, ਇਹਦੇ 'ਤੇ 9 ਪੱਤੇ ਦਰਜਾ ਪਹਿਲਾਂ ਤੋਂ। ਨਹੀਂ, ਪਲਾਟ ਦਾ ਝਗੜਾ ਆਫਸ 'ਚ ਚੱਲਦਾ ਜੀ, ਰੰਜਸ 'ਚ ਪੁਰਾਣੀ ਕੋਈ ਨਹੀਂ। ਮਾਰੇ ਪਲਾਟ ਦੇ ਝਗੜੇ ਤੋਂ ਤੂੰ ਤਾਂ ਮੈਮ ਹੋ ਗਈ, ਉਹ ਤੋਂ ਇਹਨਾਂ ਆਫਸ 'ਚ ਗੋਲੀ ਚੱਲ ਗਈ ਆ। ਕਿੰਨੇ ਫਾਇਰ ਹੋਏ ਨੇ? 4 ਫਾਇਰ ਪਤਾ ਲੱਗਾ ਮੌਕੇ 'ਤੇ, ਬਾਕੀ ਪੋਸਟਮਾਰਟਮ ਰਿਪੋਰਟ ਤੋਂ ਕਲੀਅਰ ਹੋ ਜਾਏਗਾ ਵੀ ਕਿੰਨੀਆਂ ਗੋਲੀਆਂ। ਬੁੱਲ ਬਰਾਮਦ ਹੋਏ ਆ ਜੀ, 12-302-4-49-120 VIPC 25-54-68 IPC ਦੇ ਤਹਿਤ FIR ਨੰਬਰ 151
ਦਰਜਵਾ ਹਾਂਜੀ ਮੈਂ ਜਲਦੀ ਤੋਂ ਜਲਦੀ ਫੜ ਕੇ ਉਹਨੂੰ ਸਲਾਕਾ ਪਹੁੰਚਾ ਦਿੱਤਾ ਜਾਊਗਾ। ਠੀਕ ਹੈ।